ਕਲੈਕਟਿਵ ਐਕਸ਼ਨ অর ਕਲੈਕਟਿਵ ਸੁਇਸਾਈਡ ਵੀ ਹੈਵ ਅ ਚੋਇਸ ਇਹ ਜਿਹੜੇ ਸ਼ਬਦ ਹੈ ਬੜੇ ਭਾਰੇ ਸ਼ਬਦ ਹੈ ਬਹੁਤ ਅਰਥਪੂਰਨ ਸ਼ਬਦ ਹੈ ਇਹ ਦਰਸ਼ਨ ਜਿਹੜੀ ਇਹ ਗੱਲ ਕਹੀ ਹੈ ਇਹ ਕਹੀ ਹੈ ਯੂਨਾਈਟਿਡ ਨੇਸ਼ਨਸ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰਸ ਨੇ ਇਹ ਬਰਲਿੰਗ ਦੇ ਵਿੱਚ 40 ਮੁਲਕਾਂ ਦੀ ਇੱਕ ਬੈਠਕ ਹੋ ਰਹੀ ਹੈ ਜਿਹੜੀ ਪੀਟਰਸਬਰਗ ਕਲਾਈਮੇਟ ਡਾਇਲੌਗ ਜਿਨੂੰ ਕਿਹਾ ਜਾਂਦਾ ਹੈ ਉਹਦੇ ਵਿੱਚ ਇਹ 40 ਮੁਲਕਾਂ ਦੇ ਉਹਨਾਂ ਜਿਹੜੇ ਨੁਮਾਇੰਦੇ ਸੀ ਉਹਨਾਂ ਨੂੰ ਸੰਬੋਧਿਤ ਕਰ ਰਹੇ ਸੀ ਔਰ ਕਲਾਈਮੇਟ ਚੇਂਜ ਦੇ ਬਾਰੇ ਹੀ ਗੱਲ ਹੋ ਰਹੀ ਸੀ ਅਸੀਂ ਕਲਾਈਮੇਟ ਚੇਂਜ ਦੇ ਬਾਰੇ ਗੱਲ ਜਿਹੜੀ ਹੈ ਬਹੁਤ ਦੇਰ ਤੋਂ ਕਰ ਰਹੇ ਆ ਔਰ ਇਹਦੇ ਬਾਰੇ ਗੱਲ ਤਾਂ ਵੀ ਚੱਲ ਰਹੀ ਹੈ ਕਿਉਂਕਿ ਹੁਣ ਜਿਸ ਤਰੀਕੇ ਦੀ ਦੁਨੀਆ ਭਰ ਦੇ ਵਿੱਚ ਕੁਝ ਇਨਸੀਡੈਂਟਸ ਹੋ ਰਹੇ ਨੇ ਕਲਾਈਮੇਟ ਚੇਂਜ ਦੇ ਨਾਲ ਜੁੜੇ ਹੋਏ ਵਾਤਾਵਰਨ ਦੀ ਤਬਦੀਲੀਆਂ ਦੇ ਨਾਲ ਜੁੜੇ ਹੋਏ ਉਹ ਸਾਨੂੰ ਇਹ ਸੋਚਣ ਤੇ ਮਜਬੂਰ ਕਰ ਰਹੇ ਹੈ ਕਿ ਕੀ ਅਸੀਂ ਇਕੱਠੇ ਹੋ ਕੇ ਐਕਸ਼ਨ ਲਾਂਗੇ ਜਾਂ ਨਹੀਂ ਇਹੀ ਕਹਿਣਾ ਮਿਸਟਰ ਅਨਟੋਨੀਓ ਗੁਟਾਨਸ ਸੋਨਦਾ ਕਿ ਕੀ ਅਸੀਂ ਇਕੱਠੇ ਹੋ ਕੇ ਇਹਦੇ ਖਿਲਾਫ ਕੋਈ ਐਕਸ਼ਨ ਲਾਂਗੇ ਜਾਂ ਕਿ ਅਸੀਂ ਇੱਕ ਐਸੇ ਸਮੂਹਿਕ ਆਤਮਹੱਤਿਆ ਕਰਨ ਵਾਲੇ ਪਾਸੇ ਤੁਰੇ ਹੋਏ ਆ ਜਿਹਦਾ ਸ਼ਾਇਦ ਸਾਨੂੰ ਅੱਜ ਪਤਾ ਨਹੀਂ ਲੱਗ ਰਿਹਾ ਪਰ ਆਉਣ ਵਾਲਾ ਸਮਾਂ ਸਾਨੂੰ ਉੱਧਰ ਲੈ ਕੇ ਜਾ ਰਿਹਾ ਉਹ ਕਹਿੰਦੇ ਅੱਧੀ ਦੁਨੀਆ ਦੁਨੀਆ ਦੀ ਅੱਧੀ ਆਬਾਦੀ ਜਿਹੜੀ ਇਸ ਵੇਲੇ ਉਹ ਫਲੱਡਸ ਹੜ੍ਹਾਂ ਦੇ ਵਾਈਲਡ ਫਾਇਰ ਜੰਗਲੀ ਅੱਗਾਂ ਦੇ ਫਿਰ ਜਿਹੜੇ ਸਟਾਰਮਸ ਨੇ ਤੂਫਾਨ ਨੇ ਔਰ ਨਾਲ ਦੇ ਨਾਲ ਜਿਹੜਾ ਡਰਾਟ ਹੈ ਸੂਕਾ ਇਹਦੇ ਵਿੱਚੋਂ ਇਸ ਵੇਲੇ ਗੁਜ਼ਰ ਰਹੀ ਆ ਔਰ ਇਹਦੇ ਪ੍ਰਭਾਵ ਦੇ ਹੇਠ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਯੂਰਪ ਇਸ ਵੇਲੇ ਬਲ ਰਿਹਾ ਹੈ 10 ਮੁਲਕ ਨੇ ਯੂਰਪ ਦੇ ਜਿਹੜੇ ਇਸ ਵੇਲੇ ਬਲ ਰਹੇ ਹੈ ਜਿਨ੍ਹਾਂ 'ਚ ਜੰਗਲੀਆਂ ਅੱਗਾਂ ਲੱਗੀਆਂ ਹੋਈਆਂ ਲੋਕ ਡਰ ਰਹੇ ਹੈ ਜਿੱਥੋਂ ਜਿੱਥੋਂ ਲੋਕ ਲੰਘ ਰਹੇ ਹੈ ਖਾਸ ਤੌਰ ਤੇ ਫਰਾਂਸ ਔਰ ਸਪੇਨ ਦੇ ਵਿੱਚ ਹਾਲਾਤ ਬਹੁਤ ਬੁਰੇ ਨੇ ਪੋਰਟੂਗਲ ਦੇ ਵਿੱਚ ਗਰਮੀ ਦਾ ਬਹੁਤ ਜ਼ਿਆਦਾ ਕਹਿਰ ਹੈ ਬ੍ਰਿਟੇਨ ਦੇ ਵਿੱਚ ਕੱਲ ਰਿਕਾਰਡ ਜਿਹੜਾ ਟੁੱਟ ਗਿਆ ਅੱਜ ਤੱਕ ਉੱਥੇ ਕਦੀ ਇੰਨੀ ਗਰਮੀ ਨਹੀਂ ਹੋਈ ਕੱਲ ਜਿਹੜਾ ਉੱਥੇ ਟੈਂਪਰੇਚਰ ਸੀ ਉਹ ਸਹਾਰਾ ਦੇ ਮਰੂਥਲ ਨਾਲੋਂ ਵੀ ਜ਼ਿਆਦਾ ਟੈਂਪਰੇਚਰ ਸੀ ਅੱਜ ਵੀ ਹਾਲਾਤ ਉੱਥੇ ਕੁਝ ਅਜੇ ਹੀ ਬਣੇ ਰਹੇ ਜਿਸ ਦੇ ਕਰਕੇ ਬਹੁਤ ਸਾਰੀਆਂ ਸਰਵਿਸਿਜ਼ ਜਿਹੜੀਆਂ ਪ੍ਰਭਾਵਿਤ ਰਹੀਆਂ ਇਹ ਹੈ ਕੁਝ ਹਾਲ ਵੈਸਟਰਨ ਕੈਨੇਡਾ ਦੇ ਸੂਬਿਆਂ ਦਾ ਵੀ ਹੈ ਜਿਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਔਰ ਮੈਨੀਟੋਬਾ ਵੀ ਆਂਦਾ ਹਾਲਾਂਕਿ ਬ੍ਰਿਟਿਸ਼ ਕੋਲੰਬੀਆ ਪਿਛਲੇ ਸਾਲ ਦੇ ਨਾਲੋਂ ਕਾਫੀ ਅਜੇ ਬਿਹਤਰ ਇਹਦੇ ਵਿੱਚ ਮਾਹੌਲ ਜਿਹੜਾ ਲੱਗ ਰਿਹਾ ਪਰ ਮੈਨੀਟੋਬਾ ਦੇ ਵਿੱਚ ਬਹੁਤ ਥਾਵਾਂ ਤੇ ਅੱਗਾਂ ਲੱਗੀਆਂ ਹੋਈਆਂ ਔਰ ਬਹੁਤ ਵੱਡਾ ਏਰੀਆ ਜਿਹੜਾ ਜੰਗਲਾਂ ਦਾ ਉਹ ਇਸ ਵੇਲੇ ਸੜ ਕੇ ਸੁਆਹ ਹੋ ਚੁੱਕਾ ਹੈ ਇਦਾਂ ਦੇ ਹਾਲਾਤ ਜਿਹੜੇ ਫਰਾਂਸ ਦੇ ਵਿੱਚ ਬਣੇ ਹੋਏ ਨੇ ਇਦਾਂ ਦੇ ਹਾਲਾਤ ਪੋਰਟੂਗਲ ਦੇ ਵਿੱਚ ਬਣੇ ਹੋਏ ਨੇ ਸਪੇਨ ਦੇ ਵਿੱਚ 22000 ਹੈਕਟੇਅਰ ਜੰਗਲੀ ਇਲਾਕਾ ਜਿਹੜਾ ਉਸ ਸੜ ਕੇ ਸੁਆਹ ਹੋ ਚੁੱਕਾ ਹੈ 36 ਡਿਫਰੈਂਟ ਥਾਵਾਂ ਤੇ ਜਿਹੜੇ ਵੱਡੇ ਜੰਗਲ ਨੇ ਉਹਨਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਇਸੇ ਤਰੀਕੇ ਨਾਲ ਪੋਰਟੂਗਲ ਦੇ ਵਿੱਚ ਪੁਰਤਗਾਲ ਜਿਹਨੂੰ ਕਿਹਾ ਜਾਂਦਾ ਹੈ 48 ਡਿਗਰੀ ਸੈਲਸੀਅਸ ਉੱਤੇ ਤਾਪਮਾਨ ਰਿਹਾ 47 ਤੋਂ 48 ਡਿਗਰੀ ਔਰ ਲਗਭਗ 12000 ਹੈਕਟੇਅਰ ਲੈਂਡ ਜਿਹੜੀ ਉੱਥੇ ਉਸ ਸੜ ਕੇ ਸੁਆਹ ਹੋ ਚੁੱਕੀ ਹੈ ਚੀਨ ਦੇ ਵਿੱਚ ਹਾਲਾਤ ਕੁਝ ਅਲੱਗ ਨਹੀਂ ਉੱਥੇ 68 ਐਸੇ ਸ਼ਹਿਰ ਹੈ ਜਿੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਮਿਲੀਅਨਸ ਹਰ ਮਿਲੀਅਨਜ਼ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦੇ ਬਾਰੇ ਸचेत ਕੀਤਾ ਗਿਆ ਕਿ ਬਾਹਰ ਤਾਂ ਹੀ ਨਿਕਲੋ ਜੋ ਬਹੁਤ ਜ਼ਰੂਰਤ ਹੋਵੇ ਨਹੀਂ ਤਾਂ ਨਾ ਨਿਕਲੋ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਝ ਅਜਿਹੇ ਨੇ ਜਿੱਥੇ ਲੋਕ ਖਾਸ ਤੌਰ ਤੇ ਜਿਹੜੇ ਪਬਲਿਕ ਫਾਊਂਟੇਨਸ ਬਣੇ ਹੋਏ ਨੇ ਜਦੋਂ ਬਾਹਰ ਲੋਕ ਘੁੰਮਣ ਜਾਂਦੇ ਨੇ ਚੌਂਕਾਂ ਦੇ ਵਿੱਚ ਜਾਂ ਹੋਰ ਜਿਹੜੇ ਉੱਥੇ ਪਪੂਲਰ ਡੈਸਟੀਨੇਸ਼ਨਸ ਨੇ ਉੱਥੇ ਔਰਤਾਂ ਉੱਥੇ ਬੱਚੇ ਆਪਣੇ ਸਿਰ ਜਿਹੜੇ ਪਾਣੀ ਦੇ ਵਿੱਚ ਰੱਖ ਕੇ ਉੱਥੇ ਬੈਠੇ ਹੋਏ ਨੇ ਬੱਚੇ ਪਾਣੀ ਦੇ ਵਿੱਚ ਖੇਡ ਰਹੇ ਨੇ ਕਿਹਾ ਜਾ ਰਿਹਾ ਕਿ ਫਜ਼ੂਲ ਬਾਹਰ ਨਾ ਨਿਕਲੋ ਉਥੇ ਦੇ ਜਿਹੜੇ ਰਨਵੇਜ਼ ਨੇ 에어ਪੋਰਟਸ ਦੇ ਉਹ ਮੈਲਟ ਹੋ ਰਹੇ ਨੇ ਔਰ ਨਾਲ ਦੇ ਨਾਲ ਜਿਹੜੀ ਉਥੇ ਦੀ ਅੰਡਰਗਰਾਉਂਡ ਟਿਊਬ ਹੈ ਜਿਵੇਂ ਸਾਡੀ ਮੈਟਰੋ ਹੈ ਅੰਡਰਗਰਾਉਂਡ ਇਸ ਤਰੀਕਾ ਨਾਲ ਟਿਊਬ ਹੈ ਉਹ ਸਰਵਿਸ ਜਿਹੜੀ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਸੋ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਪ੍ਰਭਾਵਿਤ ਹੋ ਰਹੀਆਂ ਸੇਮ ਇਸੇ ਤਰਜ਼ ਦੇ ਉੱਤੇ 14000 ਤੋਂ ਜ਼ਿਆਦਾ ਏਵੈਕਿਊਏਸ਼ਨ ਜਿਹੜੀਆਂ ਫਰਾਂਸ ਦੇ ਵਿੱਚ ਕਰਵਾਈਆਂ ਗਈਆਂ ਬਹੁਤ ਸਾਰੀਆਂ ਥਾਵਾਂ ਤੇ ਉੱਥੇ ਜੰਗਲੀ ਅੱਗਾਂ ਜਿਹੜੀਆਂ ਲੱਗੀਆਂ ਹੋਈਆਂ US ਦੇ ਵਿੱਚ 17% ਵਾਦੀ ਜਿਹੜੀ US ਦੀ ਉਸ ਵੇਲੇ ਗਰਮੀ ਦੇਸ ਪ੍ਰਭਾਵ ਦੇ ਹੇਠੋਂ ਜਾ ਰਹੀ ਹੈ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਉਹ ਕਲਾਈਮੇਟ ਐਮਰਜੈਂਸੀ ਜਿਹੜੀ ਹੈ ਸ਼ਾਇਦ ਉਹਦਾ ਆਣ ਵਾਲੇ ਦਿਨਾਂ ਚ ਲਾਣ ਕਰ ਸਕਦੇ ਆ ਲੇਕਿਨ ਕੁੱਲ ਮਿਲਾ ਕੇ ਜੇਕਰਸੀਂ ਦੇਖੀਏ ਜਿਹੜੀ ਇਹ UN ਦੇ ਸਕੱਰੇਟਰੀ ਜਨਰਲ ਵੱਲੋਂ ਇਹ ਗੱਲ ਕਹੀ ਗਈ ਹੈ ਇਹ ਸਾਨੂੰ ਅੱਜ ਸੋਚਨ ਤੇ ਮਜਬੂਰ ਕਰਦੀ ਹੈ ਕਿ ਜਿਹੜੇ ਸਟੈਪ ਅਸੀਂ ਪਿਛਲੇ ਕਈ ਸਾਲਾਂ ਤੋਂ ਲੈ ਰਹੇ ਆਂ ਪਿਛਲੇ ਕਈ ਕਾਫੀ ਜਨਰੇਸ਼ਨਸ ਤੋਂ ਅਸੀਂ ਦੇਖ ਰਹੇ ਆਂ ਕਿ ਇੱਕ ਸਮਾਂ ਸੀ ਜਦੋਂ ਲੋਗ ਇਹਨਾਂ ਜਿਹੜੇ ਅੱਜ ਇਨਸੀਡੈਂਟਸ ਹੋ ਰਹੇ ਆ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਇਹਦੇ ਬਾਰੇ ਸਿਰਫ ਗੱਲਾਂ ਕਰਦੇ ਸੀ ਪਰ ਉਹ ਅੱਜ ਦੇ ਸਮੇਂ ਚ ਅਸੀਂ ਉਹਦੇ ਵਿਟਨੈਸ ਹੋ ਰਹੇ ਆ ਅਸੀਂ ਉਹਦੇ ਗਵਾਹ ਬਣ ਰਹੇ ਆ NASA ਵੱਲੋਂ ਇੱਕ ਤਸਵੀਰ ਜਿਹੜੀ ਜਾਰੀ ਕੀਤੀ ਗਈ ਹੈ ਜਿਹਦੇ ਦੇਖਿਆ ਜਾ ਰਿਹਾ ਕਿ ਪਿਛਲੇ 30 ਤੋਂ 40 ਸਾਲਾਂ ਦੇ ਵਿੱਚ ਦੁਨੀਆ ਬਹੁਤ ਨੀਲੇ ਰੰਗ ਦੀ ਸੀ ਯਾਨਕਿ ਬਹੁਤ ਠੰਡੀ ਸੀ ਜਿਹੜੀ ਹੁਣ ਬਹੁਤ ਗਰਮ ਹੋ ਚੁੱਕੀ ਹੈ ਸੋ ਇਹ ਜਿਹੜਾ ਡਿਫਰੈਂਸ ਸਾਡੀਆਂ ਅੱਖਾਂ ਸਾਹਮਣੇ ਆ ਰਿਹਾ ਇਹਦੇ ਇਹ ਨਹੀਂ ਹੈ ਕਿ ਸਿਰਫ ਇੱਕ ਖੇਤੇ ਦੇ ਵਾਸਤੇ ਹੈ ਜਾਂ ਇੱਕ ਕਮਿਊਨਿਟੀ ਦੇ ਵਾਸਤੇ ਹੈ ਸਭ ਦੇ ਸਭ ਦੇ ਵਾਸਤੇ ਹੈ ਮਿਸਟਰ ਗੁਟਾਰਡਸ ਨੇ ਵੀ ਇਹ ਹੀ ਕਿਹਾ ਕਿ ਕੋਈ ਵੀ ਨੇਸ਼ਨ ਇਹਦੇ ਤੋਂ ਇਮਿਊਨ ਨਹੀਂ ਹੈ ਕੋਈ ਵੀ ਇਹਦੇ ਤੋਂ ਛੂਟਾ ਨਹੀਂ ਹੈ ਔਰ ਜ਼ਰੂਰਤ ਹੈ ਕਿ ਅਸੀਂ ਕਲੈਕਟਿਵ ਐਕਸ਼ਨ ਕਰੀਏ ਕਲੈਕਟਿਵ ਸੁਸਾਈਸਾਈਡ ਵਾਲੇ ਪਾਸੇ ਤੁਰਨਾ ਮੇਰੇ ਖਿਆਲ ਨਾਲ ਅਕਲਮੰਦੀ ਨਹੀਂ ਹੋਵੇਗੀ